I will try to make vlog very very can today. ਕੰਨ ਚ ਦੋਵੇਂ ਪਾਸੇ ਜਰਾਬਾ ਪਾ ਕਹਿੰਦਾ ਮੈਨੂੰ ਖੋਤਾ ਕੋ ਜਨਰੇਟਰ ਉੱਤੇ ਬਹਿ ਕੇ ਕਹਿੰਦਾ ਮੈਂ ਬੁਲਟ ਤੇ ਬੈਠਾ ਮੈਨੂੰ ਪੰਜਾਬੀ ਆਉਂਦੀ ਹੀ ਨਹੀਂ ਔਰ ਮੈਂ ਸੋਨੇ ਦੀ ਐਕਟਿੰਗ ਨਹੀਂ ਕਰਨਾ ਮੈਂ ਸੱਚੀ ਵਿੱਚ ਸੌ ਰਹੂੰ ਠੀਕ ਹੈ ਇੰਨਾ ਇੰਨਾ ਛੋਟਾ ਘਰ ਹੈ ਲੋਕੀ ਘਰ ਦੇ ਬਾਹਰ ਕੁੱਤਾ ਬੰਦੇ ਇਹਨਾਂ ਨੇ ਭੁੰਡੀ ਬੰਨ ਲਈ ਸੋ ਹੈ ਗਾਇਸ ਵੈਲਕਮ ਬੈਕ ਟੂ ਅਵਰ ਚੈਨਲ ਆਈ ਹੋਪ ਤੁਸੀਂ ਬਹੁਤ ਵਧੀਆ ਹੋਗੇ ਹਾਂਜੀ ਹਾਂਜੀ ਮੈਂ ਬਹੁਤ ਵਧੀਆ ਨਵਨੀਤ ਵੀ ਬਹੁਤ ਵਧੀਆ ਤੇ ਸਾਡੇ ਆਲੂ ਦੇ ਪਰਾਂਠੇ ਵੀ ਬਹੁਤ ਵਧੀਆ ਸੋ ਆਪਾਂ ਕਰ ਲਾਂਗੇ ਬ੍ਰੇਕਫਾਸਟ ਸਵੇਰੇ ਸਵੇਰੇ ਅਰੇ ਭਈਆ ਕਿਵੇਂ ਹੋ ਸਭ ਲੋਕ ਅੱਜ ਮੈਨੇ ਕੁੜਤਾ ਪਜਾਮਾ ਡਾਲਿਆ ਮੇਰੇ ਕੁੜਤੇ ਪਜਾਮੇ ਕੀ ਆ ਭੈਣ ਛੋਰੀਆਂ ਮਰੀ ਜਾਤੀ ਹੈ ਕੈਨੇਡਾ ਕੀ ਹੈ ਭੈਣ ਛੋਰੀਆਂ ਸੋ ਇੱਥੇ ਆਪਾਂ ਹੁਣ ਆਲੂ ਦੇ ਪਰਾਂਠੇ ਖਾਣ ਲੱਗੇ ਆ ਸਵੇਰੇ ਸਵੇਰੇ ਦਹੀਂ ਸਾਡਾ ਆ ਚੁੱਕਾ ਵਾ ਤੇ ਥੋੜੇ ਬਹੁਤ ਨਹੀਂ ਆਪਾਂ ਬਹੁਤ ਜ਼ਿਆਦਾ ਬਿਜ਼ੀ ਆ ਤੇ ਆਈ ਵਿਲ ਟ੍ਰਾਈ ਟੂ ਮੇਕ ਵਲੌਗ ਵੈਰੀ ਵੈਰੀ ਕੈਨ ਟੁਡੇ ਅਰੇ ਮੇਰੇ ਕੋ ਵਲੌਗ ਮੇ ਲੋ ਲਾਈਕ ਹੀ ਲੈ ਕੇ ਆਂਗੀ ਗਾਇਸ ਮੇਰੇ ਕੋ ਲਾਈਕ ਕਰ ਦਿਓ ਨਾ ਪੋਂਠਾ ਗਣਾ ਪੋਂਠਾ ਗਣਾ ਪੋਂਠਾ ਅਰੇ ਯਾਰ ਕੀ ਬਾਤ ਹੈ ਚਲੋ ਠੀਕ ਹੈ ਸੋ ਉਥੇ ਯਾਦ ਵੀ ਤੇ ਮੰਮੀ ਕੋਈ ਗੱਲ ਕਰ ਰਹੇ ਆ ਮੈਂ ਫਟਾਫਟ ਰੋਟੀ ਖਾਵਾਂ ਰੋਟੀ ਖਾਣ ਤੋਂ ਬਾਅਦ ਤੁਹਾਨੂੰ ਮਿਲਦਾ ਰੈਡੀ ਸ਼ੈਡੀ ਹੋ ਰਹੀ ਹੈ ਯਾਰ ਸੋ ਗਾਇਸ ਮੈਂ ਤਾਂ ਨਵਨੀਤ ਰੋਟੀ ਖਾ ਕੇ ਹੋ ਗਏ ਸੀ ਫ੍ਰੀ ਹੁਣ ਤੂੰ ਯਾਦ ਵੀ ਤੇ ਅੰਸ਼ੂ ਤੂੰ ਮੂੰਹ ਕੱਲ ਗਿਆ ਉਹਦਾ ਐਕਚੁਅਲੀ ਫੇਸ ਤੋਂ ਪਤਾ ਨਹੀਂ ਕਿਉਂ ਆਪਾਂ ਪਿਛਲੀ ਗਲੀ ਮੁੰਡਾ ਸੀ ਨਾ ਵੀ ਬੋਲੋ ਤਾਂ ਹੀ ਬੋਲਿਆ ਤਾਂ ਨਾ ਭਈਆ ਬੋਲਦੇ ਪਏ ਮੈਂ ਭਰਾਵਾ ਵਲੌਗ ਬਣਾਉਣਾ ਮੈਂ ਨਹੀਂ ਤੁਹਾਡੀ ਗੱਲ ਦੇ ਵਿੱਚ ਮੈਂ ਬੋਲ ਸਕਦਾ ਇੰਨੀ ਮੇਰੀ ਔਕਾਤ ਹੈ ਸ਼ਰਬਤੀ ਮੂਹੇ ਸ਼ਰਬਤੀ ਮੂਹੇ ਅਗਲਾ ਬੋਲਿਆ ਯਾਰ ਤੂੰ ਕੰਨ 'ਚ ਦੋਵੇਂ ਪਾਸੇ ਜਰਾਬਾ ਪਾ ਕਹਿੰਦਾ ਮੈਨੂੰ ਖੋਤਾ ਕੋ ਜਨਰੇਟਰ ਉੱਤੇ ਬਹਿ ਕੇ ਕਹਿੰਦਾ ਮੈਂ ਬੁਲਟ ਤੇ ਬੈਠਾ ਰੀਸਾ ਕਰਦੇ ਨੇ ਐਕਸਪੈਰੀਮੈਂਟ ਕੋ ਕਿਆ ਬੋਲੇਗੇ ਪੰਜਾਬੀ ਐਕਸਪੈਰੀਮੈਂਟ ਮੈਂ ਕੁਝ ਕਰਨ ਲੱਗੀ ਸੀ ਇਦਾਂ ਮੈਂ ਕੁਝ ਕਰਨ ਲੱਗੀ ਸੀ ਇਹਨੇ ਹੋ ਕੁਝ ਔਰ ਗਿਆ ਕੀ ਹੋ ਗਿਆ ਯਾਰ ਬੜਾ ਗੰਦਾ ਵਾ ਭਈਆ ਮੇਰਾ ਤਾਂ ਫੇਸ ਮਤ ਬਤਾਓ ਸੋ ਗਾਇਸ ਬਾਏ ਸੋ ਯਾਦ ਵੀ ਕਰਾ ਰਹੀ ਸੀ ਫੇਸ਼ੀਅਲ ਤੇ ਫੇਸ਼ੀਅਲ ਇਹਦੇ ਫੇਸ ਤੇ ਸੈੱਟ ਨਹੀਂ ਬੈਠੀ ਤੇ ਜਿਹੜੀ ਦੀਦੀ ਕਰਦੇ ਪਈ ਸੀ ਉਹ ਦੀਦੀ ਨੇ ਬਹੁਤ ਜ਼ਿਆਦਾ ਹੀ ਹੱਥ ਭਰੀ ਮਾਰਦੇ ਇਹਦਾ ਵੀ ਦੇਖੋ ਮੂੰਹ ਇਹਦਾ ਵੀ ਰਿਪੋਰਟ ਕਰਾਤਾ ਪਰ ਮੈਂ ਹਜੇ ਫੇਸ਼ੀਅਲ ਨਹੀਂ ਕਰਾਇਆ ਕਿਉਂਕਿ ਆਪਾਂ ਜਿਹੜਾ ਬੰਦਾ ਖਾਸ ਹੁੰਦਾ ਨਾ ਉਹ ਮਤਲਬ ਫੰਕਸ਼ਨ ਦੇ ਲਾਗੇ ਛੱਕੇ ਕਰਾਉਂਦਾ ਵਾ ਤੁਸੀਂ ਆਪਣੇ ਨੱਕ 'ਚ ਨਾ ਬਾਥਰੂਮ ਵਾਲੇ ਬਰਸ਼ ਫੇਰੀਓ ਕੀ ਸੋਚ ਹੈ ਰੇ ਤੇਰੀ ਮੰਨਣਾ ਪੜੇਗਾ ਤੂੰ ਜੋ ਵੀ ਇੱਕ ਬਾਤ ਬੋਲਤੀ ਕਿਲਾ ਸੋਏ ਦੇ ਨਾ ਤਾਂ ਆਪਕਾ ਸਰ ਐਸਾ ਥੋੜਾ ਨੀਚੇ ਤਾਂ ਪਿੱਲੋ ਪੇ ਨਹੀਂ ਸੋਏ ਦੇ ਅੱਖਾਂ ਦਾ ਕਿ ਇਤਨਾ ਬੜਾ ਬੜਾ ਦਿਖ ਰਿਹਾ ਤਾਂ ਮੰਮਾ ਨੇ ਵੀਡੀਓਸ ਬਣਾਈ ਹੈ ਮੰਮੀ ਕਹਿੰਦੇ ਲੱਡੂ ਤੰਗ ਕਰਦਾ ਪਿਆ ਗੁਫਾ 'ਚ ਲਗਾ ਦਾ ਤੂੰ ਮੈਂ ਤਾਂ ਬੋਲਤੀ ਪੂਰਾ ਘਰ ਅੰਦਰ ਸੋ ਸਕਦਾ ਹੈ ਯੋਰ ਨੋਸਟ੍ਰਿਲਸ ਇਜ਼ ਵੈਰੀ ਬਿਗ ਸੋ ਮੇਰੇ ਨੱਕ ਨੂੰ ਲੈ ਕੇ ਬਹੁਤ ਜ਼ਿਆਦਾ ਕਮੈਂਟ ਹੋ ਰਿਹਾ ਗਾਇਸ ਸੱਚੀ ਦੱਸੋ ਸੱਚੀ ਦੱਸੋ ਭਾਬੀ ਤੁਸੀਂ ਯਾਦ ਰੱਖਿਓ ਕੋਈ ਨਹੀਂ ਕਹਿਓ ਮੈਨੂੰ ਕੁਝ ਅਰੇ ਯਾਰ ਮੈਂ ਤਾਂ ਬੈਠਾ ਬੈਠਾ ਸੋ ਜਾਤਾ ਹੂੰ ਅਰੇ ਮੇਰੇ ਭਈਆ ਕੋ ਕੁਛ ਮਤ ਕਹੋ ਮੈਂ ਨੀਂਦ ਮੇਂ ਵੀ ਸਿਰ ਫੋੜ ਦੂੰਗਾ ਸਭ ਕੇ ਹਾਂ ਮੇਰੇ ਭਈਆ ਸਭ ਸੇ ਅੱਛੇ ਹੈ ਔਰ ਮੈਂ ਸੋਨੇ ਦੀ ਐਕਟਿੰਗ ਨਹੀਂ ਕਰਨਾ ਮੈਂ ਸੱਚੀ ਵਿੱਚ ਸੋ ਰਹਾ ਹੂੰ ਠੀਕ ਹੈ ਸੋ ਲੱਡੂ ਸੋ ਗਿਆ ਬੈਠਾ ਬੈਠਾ ਹੁਣ ਚੰਗਾ ਬਲਾ ਉੱਠਦਾ ਸੀ ਤੇ ਆਪਾਂ ਚੱਲੇ ਘਰ ਦੇ ਜ਼ਰੂਰੀ ਦੋ ਤਿੰਨ ਕੰਮ ਸੀ ਤੇ ਹੁਣ ਯਾਦ ਵੀ ਤੇ ਅੰਸ਼ੂ ਉਤਰ ਕੇ ਇੱਥੇ ਜਿਹੜਾ ਸਾਡਾ ਕੰਮ ਹੈ ਉਹ ਇਹ ਦੋਵੇਂ ਕਰ ਲੈਣਗੇ ਤੇ ਲੱਡੂ ਸੋ ਗਿਆ ਹੁਣ ਮੈਂ ਲੱਡੂ ਨੂੰ ਉਠਾ ਨਹੀਂ ਸਕਦਾ ਸੋ ਇਸ ਕਰਕੇ ਮੈਂ ਤਾਂ ਨਵਨੀਤ ਬੈਠਾ ਕੇ ਗੱਡੀ ਦੇ ਵਿੱਚ ਤੇ ਗੈਂਡੇ ਆਏ ਚੱਲ ਜਾ ਬਾਹਰ ਸੋ ਹੁਣ ਯਾਦ ਵੀ ਤੇ ਅੰਸ਼ੂ ਚੱਲੇ ਆ ਕੰਮ ਇੱਥੇ ਨਾਲ ਹੀ ਸ਼ੋਪ ਆ ਉਧਰ ਚੱਲੇ ਆ ਆਪ ਲੋਕ ਸਭ ਕੋਈ ਮੈਜਿਕ ਬਤਾ ਇਹ ਦੁਕਾਨ ਪਿੱਛੇ ਦੇ ਆ ਗਈ ਨਹੀਂ ਅੱਗੇ ਹੀ ਆ ਪਿੱਡਾ ਵੱਡਾ ਮੂੰਹ ਚੋਂ ਤੇਰਾ ਟੋਪੀ ਜਿਹੀ ਨਹੀਂ ਆ ਨਾ ਹੀ ਭਈਆ ਇਧਰ ਦੇਖ ਨਾ ਪਿੱਛੇ ਥੋੜਾ ਹਾਥੀ ਨੂੰ ਖਰਗੋਸ਼ ਬਣਾਇਆ ਜਾ ਰਿਹਾ ਬਸ ਤੋ ਯਾਦ ਵੀ ਤੇ ਅੰਸ਼ੂ ਚੱਲੇ ਕਿਤੇ ਕੰਮ ਤੇ ਮੈਂ ਤਾਂ ਨਵਨੀਤ ਗੱਡੀ ਦੇ ਵਿੱਚ ਆ ਤੇ ਆਪਾਂ ਦੋਵੇਂ ਕੱਢਦੇ ਆ ਥੋੜੀ ਜਿਹੀ ਲੈਰ ਤੇ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਆ ਸੋ ਕਿ ਅੰਸ਼ੂ ਨਹੀਂ ਤੇ ਗਏ ਹੋਏ ਆ ਸ਼ੋਪ ਤੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਤੇ ਇੱਥੇ ਸੁਸਤ ਇਨਸਾਨ ਸੌ ਰਿਹਾ ਪਤਾ ਨਹੀਂ ਕਿੰਨਾ ਜ਼ਿਆਦਾ ਸੌਂਦਾ ਵਾ ਇਨਸਾਨ ਨਹੀਂ ਇਹ ਤੋ ਕੁੰਮ ਕਰਨ ਹੈ ਕਾਰਡ ਵਗੈਰਾ ਹਜੇ ਦੇਣ ਜਾਣਾ ਵੀ ਤੂੰ ਵਿਸ਼ੂ ਦੇ ਨਾਲ ਸੋ ਕਾਰਡ ਵਗੈਰਾ ਦਾ ਕੰਮ ਰਹਿੰਦਾ ਵਾ ਹਜੇ ਕੱਪੜੇ ਕੁਪੜੇ ਤਾਂ ਆਲਮੋਸਟ ਆਪਾਂ ਸ਼ੋਪਿੰਗ ਕਰ ਲਈ ਸੀ ਪਹਿਲਾਂ ਹੀ ਬਟ ਥੋੜ੍ਹਾ ਬਹੁਤਾ ਜੋ ਕੰਮ ਹੈਗਾ ਵਾ ਉਹ ਵੀ ਆਪਾਂ ਕਰਨਾ ਵਾ ਤੇ ਹੁਣ ਆਪਾਂ ਇਹਨੂੰ ਲਾਉਂਦੇ ਹਾਂ ਕਲੋਲਾ ਨਵਨੀਤ ਤੇਰਾ ਮੂੰਹ ਏਦਾਂ ਦਾ ਜਿੱਦਾਂ 7 ਰੁਪਏ ਦਾ ਸਾਬਣ ਨਹੀਂ ਹੁੰਦਾ ਇੰਨਾ ਇੰਨਾ ਛੋਟਾ ਘਰ ਹੈ ਲੋਕੀ ਘਰ ਦੇ ਬਾਹਰ ਕੁੱਤਾ ਬੰਦੇ ਇਹਨਾਂ ਨੇ ਭੁੰਡੀ ਬੰਨ ਲਈ ਇਹਨਾਂ ਦਾ ਘਰ ਵੀ ਬੜਾ ਛੋਟਾ ਵਾ ਇਹਨਾਂ ਘਰੋਂ ਜਦੋਂ ਭੁੰਡੀ ਲੰਘਦੀ ਹੈ ਤੇ ਸਾਰੇ ਜਣੇ ਕਹਿੰਦੇ ਹੈਲੀਕਾਪਟਰ 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 ਇਹ ਵੈਸੇ ਸੁੜੀ ਹੜੀ ਆ ਲੋਕਾਂ ਨੇ ਬਟ ਸਾਨੂੰ ਯਾਦ ਹੀ ਇਹੀ ਹੈ ਭਰਾਵਾ ਤੇ ਤੂੰ ਇਹ ਚ ਬਲਬ ਲੈ ਕੇ ਆਉਂਦਾ ਮੈਨੂੰ ਜਗਨੂ ਕੋ
ਮੋਟੀ ਨੂੰ ਕਹਿੰਦੀ ਮੇਰੇ ਨਾਲ ਕੁਛ ਅੱਜ ਗੰਦਾ ਕਰੋ ਮੇਰੀ ਢਿੱਡ ਦੇ ਡੱਡੀ ਕਰ ਡੱਬੇ ਦੇਖ ਸਕਦੇ ਹੋ ਸੋ ਇੱਥੇ ਵਿਸ਼ੂ ਤੇ ਮੈਂ ਭਰ ਰਿਹਾ ਡਰਾਈ ਫਰੂਟ ਤੇ ਜਿੱਦਾਂ ਹੀ ਆਪਾਂ ਇਹ ਕੰਪਲੀਟ ਕਰ ਲਈਏ ਤੇ ਫਿਰ ਆਪਾਂ ਤੁਹਾਨੂੰ ਸਿੱਧਾ ਮਿਲਦੇ ਹਾਂ ਨਵਨੀਤ ਯਾਦਵੀ ਤੇ ਅੰਸ਼ੂ ਫਿਰ ਗਏ ਜਿੱਥੇ ਪਹਿਲਾਂ ਗਏ ਸੀ ਸ਼ੋਪ ਤੇ ਮੈਂ ਸੋਚਿਆ ਮੈਂ ਉਹਨਾਂ ਦੇ ਡੱਬੇ ਭਰਦਾ ਫਿਰ ਵਿਸ਼ੂ ਤੇ ਨਵਨੀਤ ਜਾ ਕੇ ਵੰਡ ਲੈਣਗੇ ਜਿਹਨਾਂ ਨੂੰ ਆਪਾਂ ਦੇਣੇ ਡੱਬੇ ਹਨਾ ਤੇ ਨਹੀਂ ਤਾਂ ਤੁਹਾਨੂੰ ਮੈਂ ਟਾਈਮ ਲੈਪ ਲਗਾ ਕੇ ਦਿਖਾ ਦਿੰਦਾ ਕਿ ਆਪਾਂ ਪੈਕ ਕਿੱਦਾਂ ਕਰਦੇ ਹਾਂ ਰੋਟੀ ਖਾਣਾ ਬੀਅਡ ਮੈਂ ਸੈੱਟ ਕਰਵਾ ਕੇ ਆਇਆ ਹੁਣੇ ਬਸ ਬੀਅਡ ਤੇ ਮੈਂ ਨਹਾਉਣਾ ਵਾ ਨਹਾ ਕੇ ਮੈਂ ਰੈਡੀ ਸ਼ੈਡੀ ਹੋ ਕੇ ਤੁਹਾਨੂੰ ਫੇਰ ਮਿਲਦਾ ਵਾ ਤੇ ਜਿਹੜੇ ਜਿਹਨਾਂ ਦੇ ਮੂੰਹ ਇੰਨੇ ਗੰਦੇ ਆ ਉਹ ਵੀ ਜੇ ਏਦਾਂ ਮੁੱਛਾਂ ਨੂੰ ਵੱਟ ਦੇਣ ਲੱਗ ਗਏ ਏਦਾਂ ਰੋਟੀ ਖਾਓ ਕਿਉਂਕਿ ਰੋਟੀ ਦੀ ਬੇਕਦਰੀ ਹੁੰਦੀ ਉਹ ਇੱਜ਼ਤ ਨੀ ਕਰਤਾ ਖਾਣੇ ਦੀ ਚੱਲ ਗੰਦ ਦੇ ਪੋਲਿਊਸ਼ਨ ਪਤਾ ਨੀ ਕਿਹੜਾ ਕਿਹੜਾ ਪੋਲਿਊਸ਼ਨ ਤੇਰੇ ਸਾਰਾ ਏਅਰ ਪੋਲਿਊਸ਼ਨ ਵਾਟਰ ਪੋਲਿਊਸ਼ਨ ਤੋਂ ਸਾਰੀਆਂ ਪੋਲਿਊਸ਼ਨ ਤੇਰੇ ਆ ਚੁੱਪ ਕਰ ਜਾ ਗੁਰੂ ਯਾਰ ਇੰਨਾ ਰੋਲਾ ਮਾ ਵਲੋਗ ਕਿੱਥੋਂ ਸ਼ੂਟ ਕਰ ਜਕਾਰਾ ਸ਼ਰਾਲੀ ਦਾ ਬੋਲ ਸੱਚੇ ਦਰਬਾਰ ਦੀ ਜੇ ਮੈਂ ਨਹਾ ਧੋ ਕੇ ਰੈਡੀ ਰੂਡੀ ਹੋ ਕੇ ਫੇਰ ਤੁਹਾਨੂੰ ਮਿਲਦਾ ਵਾ ਫਰੀ ਸੋ ਗਾਇਸ ਜੋ ਕਿ ਬਹੁਤ ਛੋਟਾ ਜਿਹਾ ਡੱਡੂ ਹੈ ਹਾਈਟ ਮੈਟਰ ਨਹੀਂ ਕਰਦੀ ਵੀਰੇ ਹਾਂ ਛੋਟਾ ਪੈਕਟ ਬੜਾ ਧਮਾਕਾ ਅੱਧਾ ਕੁਝ ਕਹਿਣਾ ਚਾਹੁੰਦਾ ਨਹੀਂ 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 ਚੱਲ ਬਹਿ ਜਾ ਹੁਣ ਆਪਾਂ ਇਹ ਵਲੌਗ ਨੂੰ ਛੇਤੀ ਐਂਡ ਕਰਨਾ ਵਾ ਨੰਦੂ ਭਾਈ ਸਪੈਸ਼ਲ ਮੈਂ ਕਿਹਾ ਨੰਦੂ ਭਾਈ ਨੂੰ ਮਿਲ ਲਈ ਮੈਂ ਕਿਹਾ ਹੁਣ ਲਾਲ ਗੱਡੀ ਲੰਘਦੀ ਆ ਕੋਈ ਮਿਲ ਕੇ ਨੀ ਜਾਂਦਾ ਨਾ ਸੂਰਜ ਭਾਈ ਕੰਮ ਹੀ ਬੜਾ ਵਾ ਸਾਨੂੰ ਦੱਸੋ ਫ੍ਰੀ ਵੀ ਕਰਾ ਦਈਏ ਨਹੀਂ ਭਾਈ ਤੁਸੀਂ ਚੈਸ ਦਾ ਕੰਪੀਟੀਸ਼ਨ ਹੀ ਤੁਹਾਡਾ ਮੰਮੀ ਸੰਤ ਦਾਸ ਸਾਰੇ ਡੇਟੀ ਦੇ ਪਲੇਅਰ ਚੱਕਦੇ ਉੱਥੇ ਸਾਰਿਆਂ ਕੋਲ ਹਾਰ ਗਿਆ
ਸਿਰਫ ਇੱਕ ਗੇਮ ਜਿੱਤਿਆ ਸੱਤ ਵਿੱਚੋਂ ਛੇ ਜੇ ਮਾਰ ਗਿਆ ਬਹੁਤ ਮਾੜਾ ਹਾਲ ਹੋਇਆ ਉੱਥੇ ਦਾ ਉਹਦਾ ਖਰਚਾ ਵੀ ਲੱਗ ਗਿਆ ਲੁਧਿਆਣੇ ਜਾਣ ਦਾ ਤੇ ਉਹਦੀ ਮਤਲਬ ਐਕਸਪੀਰੀਅੰਸ ਮਿਲਿਆ ਸਿੱਖਣ ਦਾ ਉਹਦਾ ਮਾੜਾ ਰਿਹਾ ਟੂਰਨਾਮੈਂਟ ਮੇਰਾ ਕਿਸੇ ਚ ਕੁਈਨ ਮਰ ਗਈ ਕਿਸੇ ਚ ਹਾਥੀ ਮਰ ਗਿਆ ਕਿਸੇ ਚ ਘੋੜੇ ਮਰ ਗਏ ਰਾਣੀ ਲੈ ਗਏ ਤੁਹਾਡੀ ਹੋਰ ਕੀ ਭਾਈ ਦਿਮਾਗੀ ਗੇਮ ਹੈ ਇੱਕ ਗਲਤ ਚੱਲਦੀ ਤੇ ਗੇਮ ਗਈ ਭਾਈ ਕਿਉਂਕਿ ਉਹ ਅੰਸ਼ੂ ਭਾਈ ਦਾ ਵਿਆਹ ਜਿਹੜਾ ਭਾਈ ਵਿਆਹ ਤਾਂ ਨਹੀਂ ਦੱਸਣਾ ਵਿਆਹ ਹੈਗਾ ਕਿਹਦਾ ਵਾ ਉਦੋਂ ਹੀ ਭਾਈ ਦਾ ਮੈਨੂੰ ਯਾਦ ਆ ਗਿਆ ਸੂਰਜ ਭਾਈ ਤੇ ਦੂਜੇ ਭਾਈ ਦਾ ਵਿਆਹ ਹੀ ਹੋਇਆ ਉਹ ਆਪਣੀ ਗਰਲਫ੍ਰੈਂਡ ਨਾਲ ਘੁੰਮਦੇ ਹੁੰਦੇ ਇਹਦਾ ਵਿਆਹ ਵਿਆਹ ਇਹਨਾਂ ਦਾ ਹੀ ਵਿਆਹ ਵਾ ਨੰਦੂ ਭਾਈ ਦੀ ਗੱਲ ਇਗਨੋਰ ਕਰੋ ਮੈਂ ਤਾਂ ਭਾਈ ਤੁਹਾਡੇ ਕੋਲ ਤਾਂ ਆਇਆ ਇੱਕ ਤਾਂ ਮੈਂ ਤੁਹਾਨੂੰ ਡੱਬਾ ਦੇਣਾ ਦੂਜੀ ਗੱਲ ਵਲੋਗ ਤੁਸੀਂ ਅੱਜ ਐਂਡ ਕਰਨਾ ਕੋਈ ਗੱਲ ਨਹੀਂ ਦੇਖੋ ਜੀ ਮੈਨੂੰ ਇਹਨਾਂ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਇਹਨਾਂ ਨੇ ਸਾਡੀ ਮਤਲਬ ਕਿ ਦੁਕਾਨ ਨੂੰ ਬੜਾਵਾ ਦਿੱਤਾ ਕਸਟਮਰ ਜੁੜੇ ਸਾਡੇ ਕੋਲ ਇਹਨਾਂ ਦੇ ਵਰਗੇ ਮਤਲਬ ਪਿਆਰੇ ਮਿੱਤਰ ਭਰਾ ਬਣੇ ਰਹਿਣ ਸਾਡਾ ਬਹੁਤ ਮਤਲਬ ਇਹਨਾਂ ਦਾ ਪ੍ਰੇਮ ਪਿਆਰ ਹੈ ਤੇ ਇਹਨਾਂ ਵਰਗੇ ਜਿਹੜੇ ਦੁਨੀਆਂ ਵਿੱਚ ਅਗਰ ਦੋਸਤ ਹੋਣ ਭਰਾ ਹੋਣ ਤੇ ਸਾਨੂੰ ਮੈਂ ਕਹਿੰਦਾ ਦੁਨੀਆਂ ਵਿੱਚ ਸਕੇ ਭਰਾਵਾਂ ਤੋਂ ਵੱਧ ਪਿਆਰ ਬਟਨ ਹੈ ਉਸਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੁਝੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਅਬ ਮੈਂ ਵੀ ਜਾ ਰਹਾ ਹੂੰ ਮੁਝੇ ਪੈਸੋ ਕੇ ਪੀਛੇ ਭਾਗਨਾ ਹੈ ਬਾਏ ਕੀ ਕਹਿੰਦੇ ਵੀ ਕੀ ਕਹਿੰਦੇ ਪਿਓ ਮੈਨੂੰ ਵੀ ਛਵਾੜਾ ਖਵਾ ਦਿਓ ਤੁਹਾਡਾ ਵਿਆਹ ਛੇਤੀ ਹੋ ਜੇ ਹਾਂ ਚਲੋ ਠੀਕ ਹੈ ਡਨ ਠੀਕ ਹੈ ਡਨ ਡਨ